ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੱਬੂ ਮਾਨ ਅਜਿਹੇ ਗਾਇਕ ਜਿਸ ਦੇ ਆਮ ਲੋਕਾਂ ਦੇ ਨਾਲ ਨਾਲ ਕਈ ਸਿੰਗਰਸ ਵੀ ਉਹਨਾਂ ਦੇ ਫੈਨ ਹਨ। ਕੁਝ ਦਿਨ ਪਹਿਲਾਂ ਬੱਬੂ ਮਾਨ ਵੱਲੋਂ ਆਪਣੇ ਨਵੇਂ ਆ ਰਹੇ ਗੀਤ ਕਲਿੱਕਾਂ ਦਾ ਟੀਜ਼ਰ ਸ਼ੇਅਰ ਕੀਤਾ ਗਿਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਤੇ ਬੀਤੇ ਦਿਨੀ ਬੱਬੂ ਮਾਨ ਦਾ ਰਿਲੀਜ਼ ਹੋਇਆ ਧਾਰਮਿਕ ਗੀਤ ਲਾਂਘਾ ਨੂੰ ਵੀ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਹੈ। ਇਸ ਤੋਂ ਬਾਅਦ ਬੱਬੂ ਮਾਨ ਦਾ ਲਿਖਿਆ ਗੀਤ ਗਾਉਣ ਜਾ ਰਹੇ ਹਨ ਆਰ ਨੇਤ। ਉਹਨਾਂ ਦੇ ਇਸ ਗੀਤ ਦਾ ਨਾਮ ਹੈ ਦਿਲਦਾਰ। ਉਮੀਦ ਕਰਦੇ ਹਾਂ ਉਹਨਾਂ ਦਾ ਇਹ ਗੀਤ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ। ਹਾਏ ਪੱਗ ਦੀ ਤਾਂ ਲੋੜ ਕੋਈ ਨਾ, ਪਿੱਛੇ ਨੇ ਚਾਰ ਬੜੇ, ਹੁਣ ਨਾ ਘਬਰਾਈ ਜੱਟੀਏ, ਪਿੱਛੇ ਦਿਲਦਾਰ ਖੜੇ। ਦਰਅਸਲ ਆਰ ਨੇਤ ਵੱਲੋਂ ਆਪਣੇ ਇੱਕ ਲਾਈਵ ਸ਼ੋਅ ਦੌਰਾਨ ਇਸ ਗੀਤ ਬਾਰੇ ਦੱਸਦੇ ਕਿ ਉਹਨਾਂ ਨੂੰ ਇੱਕ ਫੋਨ ਕਾਲ ਆਈ, ਜਿਸ ਤੋਂ ਬਾਅਦ ਉਹਨਾਂ ਨੂੰ ਇੱਕ ਵਿਅਕਤੀ ਵੱਲੋਂ ਕਿਹਾ ਗਿਆ ਕਿ ਤੁਹਾਡੇ ਨਾਲ ਮਾਨ ਸਾਹਿਬ ਨੇ ਗੱਲ ਕਰਨੀ ਹੈ। ਫਿਰ ਆਰ ਨੇਤ ਨੇ ਪੁੱਛਿਆ ਕਿ ਮਾਨ ਸਾਹਿਬ ਤਾਂ ਕਈ ਹਨ, ਤੁਸੀਂ ਕਿਸ ਦੀ ਗੱਲ ਕਰ ਰਹੇ ਹੋ? ਜਿਸ ਤੋਂ ਬਾਅਦ ਅੱਗੋਂ ਜਵਾਬ ਆਇਆ ਕਿ ਫੇਮਸ ਤਾਂ ਇੱਕੋ ਹੀ ਆ, ਬਾਕੀ ਸੁਣੋ ਆਰ ਨੇਤ ਦੀ ਜ਼ਬਾਨੀ ਕੀ ਕਿਹਾ ਉਹਨਾਂ ਨੂੰ ਮਾਨ ਸਾਹਿਬ ਨੇ। ਮੈਂ ਕਿਹਾ ਵੀ ਮਾਨ ਸਾਹਿਬ ਆਪਣੇ ਪੰਜਾਬ ਦੇ ਵਿੱਚ ਮਾਨ ਕਾਫੀ ਨੇ, ਤੇ ਉਹਨਾਂ ਨੇ ਵੀ ਕਿਹਾ ਕਹਿੰਦੇ ਫੇਮਸ ਤਾਂ ਇੱਕੋ ਹੀ ਆ। ਇੱਕ ਵਾਰੀ ਬੱਬੂ ਮਾਨ ਲਈ ਤਾੜੀਆਂ ਮਾਰਦੇ ਸਾਰੇ, ਤੇ ਮੈਨੂੰ ਇਹ ਲੱਗਿਆ ਉਹ ਜਿੱਦਾਂ ਰੇਡੀਓ ਐਫ ਐਮ ਵਾਲੇ ਉਹ ਮੁਰਗਾ ਜਿਹਾ ਨਹੀਂ ਬਣਾਉਂਦੇ ਹੁੰਦੇ, ਮੈਂ ਕਿਹਾ ਮੇਰਾ ਉਹ ਬਣਨ ਲੱਗਿਆ। ਤੇ ਜਦੋਂ ਸੱਚੀ ਉਹਨਾਂ ਨੇ ਮਤਲਬ ਫੋਨ ਗੱਲ ਕੀਤੀ, ਉਹਨਾਂ ਨੇ ਆਪਣੀ, ਹੁਣ ਜਿਹੜੇ ਬੰਦੇ ਨੂੰ ਆਪਾਂ ਯਾਰ ਜਿਹੜੇ ਇਨਸਾਨ ਨੂੰ ਬੱਚੇ ਹੁੰਦਿਆਂ ਤੋਂ ਬਚਪਨ ਹੁੰਦਿਆਂ ਤੋਂ ਆਪਾਂ ਸੁਣ ਰਹੇ ਹਾਂ ਉਹਦੀ ਆਵਾਜ਼ ਤਾਂ ਆਪਾਂ ਪਛਾਣਾਂਗੇ, ਕਹਿੰਦਾ ਵੀ ਹਾਂ ਵੀ ਸ਼ੇਰਾ ਕਿਵੇਂ ਆ। ਮੈਂ ਕਿਹਾ ਠੀਕ ਹੈ ਜੀ। ਤੇ ਮੇਰੇ ਸ਼ੋਅ ਨੂੰ ਲੈ ਕੇ ਕਾਫੀ ਟੈਕਨੀਕਲ ਗੱਲਾਂ ਦੱਸੀਆਂ, ਤੇ ਇੱਕ ਹੁਣ ਸਰਪ੍ਰਾਈਜ਼ ਜਿਹੜਾ ਤੁਹਾਨੂੰ ਦੇਣਾ, ਗਾਣਾ ਉਸਤਾਦ ਬੱਬੂ ਮਾਨ ਦਾ ਲਿਖਿਆ ਹੋਇਆ ਤੇ ਗਾਊਗਾ ਆਰ ਨੇਤ, ਪਰ ਇੱਥੇ ਨਹੀਂ, ਤੁਹਾਨੂੰ ਦੱਸਣਾ ਹੀ ਸੀਗਾ। ਸਥਾਈ ਗੱਲ ਮੈਂ ਥੋੜੀ ਜੀ, ਹੋ ਪੱਗ ਦੀ ਤਾਂ ਲੋੜ ਕੋਈ ਨਾ, ਹਾਏ ਪੱਗ ਦੀ ਤਾਂ ਲੋੜ ਕੋਈ ਨਾ, ਪਿੱਛੇ ਨੇ ਚਾਰ ਬੜੇ, ਹੁਣ ਨਾ ਘਬਰਾਈ ਜੱਟੀਏ, ਪਿੱਛੇ ਦਿਲਦਾਰ ਖੜੇ। ਓਏ ਹੁਣ ਨਾ ਘਬਰਾਈ ਜੱਟੀਏ, ਪਿੱਛੇ ਦਿਲਦਾਰ ਖੜੇ, ਹੁਣ ਨਾ ਘਬਰਾਈ ਜੱਟੀਏ। ਤੇ ਮੈਨੂੰ ਗੱਲ ਉਹ ਵੀ ਕਹੀ ਹੈ ਕਿ ਨਾ, ਮੈਂ ਤੈਨੂੰ ਬਹੁਤ ਟਾਈਮ ਤੋਂ ਵੇਖਦਾ ਆ ਰਿਹਾ, ਜਿਹੜਾ ਤੇਰੇ ਨਾਲ ਧੱਕਾ ਹੋਇਆ ਮੈਨੂੰ ਉਹ ਵੀ ਸਾਰਾ ਪਤਾ, ਕਹਿੰਦਾ ਆਹ ਗਾਣਾ ਗਾ ਤੇ ਇਸ ਤੋਂ ਬਾਅਦ ਧੱਕਾ ਨਹੀਂ ਹੋਊ, ਇੱਕ ਵਾਰੀ ਤਾੜੀ ਲਾ ਲਓ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਆਰ ਨੇਤ ਤੇ ਬੱਬੂ ਮਾਨ ਵਿੱਚੋਂ ਕਿਸ ਦੇ ਜ਼ਿਆਦਾ ਵੱਡੇ ਫੈਨ ਹੋ। ਇਸ ਦੇ ਨਾਲ ਇਸੇ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ। ਦਰਦ ਇਤਨਾ ਕਿ ਹਿਸਾਬ ਨਹੀਂ, ਖੁਦ ਖੁਦਾ ਕੇ ਪਾਸ ਵੀ ਕੋਈ ਜਵਾਬ ਨਹੀਂ।